ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਗਿੱਲ ਦੇ ਵਿੱਚ। ਉਮੀਦ ਕਰਦੀ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਜੀ। ਜਿੱਦਾਂ ਕਿ ਸਾਡੀ ਲਾਸਟ ਵੀਡੀਓ ਸੀਗੀ ਜਿਹੜੀ ਸੋਫਾ ਸੈੱਟ ਦੇ ਨਾਲ ਰਿਲੇਟਡ ਸੀਗੀ, ਸਾਰਿਆਂ ਨੇ ਬਹੁਤ ਪਸੰਦ ਕੀਤੀ ਹੈ ਜੀ। ਅਤੇ ਜੋ ਵੀ ਕੁਐਸਚਨ ਸੀ ਅਸੀਂ ਆਪਣੇ ਵੱਲੋਂ ਉਹਦੀ ਪੂਰੀ ਡਿਟੇਲ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਫਿਰ ਵੀ ਅਗਰ ਤੁਹਾਡੇ ਮਨ ਦੇ ਵਿੱਚ ਸੋਫਾ ਸੈੱਟ ਨਾਲ ਰਿਲੇਟਡ ਕੋਈ ਵੀ ਕੁਐਸਚਨ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ, ਅਤੇ ਆਪਾਂ ਉਸ ਦੇ ਬਾਰੇ ਵੀ ਸਾਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਔਰ ਅੱਜ ਦੀ ਜੋ ਵੀਡੀਓ ਆ ਉਹ ਆਪਾਂ ਰਿਲੇਟਡ ਰੱਖੀ ਆ ਬੈੱਡ ਨਾਲ, ਜੋ ਬੈੱਡ ਦੀ ਆਪਣੀ ਸਟਾਰਟਿੰਗ ਰੇਂਜ ਹੈ ਜੀ। ਠੀਕ ਹੈ, ਸਟਾਰਟਿੰਗ ਰੇਂਜ ਆਪਣੀ 12,500 ਦੀ ਹੈ ਬੈੱਡ ਦੀ, ਜੋ ਕਿ ਫੁੱਲ ਬੋਰਡ ਦੇ ਵਿੱਚ ਹੋਏਗਾ। ਅਤੇ ਉਸ ਨਾਲ ਰਿਲੇਟਡ ਰੱਖੇ ਆ ਇੱਕ ਥੋੜ੍ਹਾ ਜਿਹਾ ਫੈਂਸੀ ਬੈੱਡ ਆ ਜਾਂਦੇ ਨੇ ਜਿਨ੍ਹਾਂ ਦੀ ਰੇਂਜ ਹੋਏਗੀ 17,000। ਸੋ ਇਹ ਦੋ ਤਰ੍ਹਾਂ ਦੇ ਬੈੱਡ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੀ। ਸਭ ਤੋਂ ਪਹਿਲਾਂ ਜੀ ਸਟਾਰਟਿੰਗ ਰੇਂਜ ਆਪਣੇ ਕੋਲ ਆ ਜਾਂਦੀ ਹੈ 12,500, ਜਿਹਦੇ ਵਿੱਚ ਇਸ ਤਰ੍ਹਾਂ ਦੇ ਡਿਜ਼ਾਈਨ ਮਿਲਣਗੇ। ਔਰ ਇਸ ਦੇ ਵਿੱਚ ਪੇਟੀ ਦੀ ਜਿਹੜੀ ਉਚਾਈ ਹੋਏਗੀ ਉਹ 15 ਇੰਚੀ ਦੀ ਰਹੇਗੀ। ਨੋਰਮਲ ਜੋ ਫੈਂਸੀ ਬੈੱਡ ਆ ਜਾਂਦੇ ਉਹਨਾਂ ਦੀ 12 ਇੰਚੀ ਹੁੰਦੀ ਹੈ। ਇਸ ਦੀ ਬੈੱਡ ਦਾ ਡਿਜ਼ਾਈਨ ਇਹ ਰਹੇਗਾ, ਇੱਥੇ ਇਸ ਦੇ ਗੱਦੀ ਲੱਗੇਗੀ, ਲਾਈਟਿੰਗ ਵੀ ਆ ਜਾਏਗੀ ਇਸ ਦੇ ਵਿੱਚ। ਔਰ ਇਸ ਦੇ ਬੈਕ ਦੇ ਵਿੱਚ ਥੋੜੀ ਸਪੇਸ ਵੀ ਹੋਏਗੀ, ਕੁਛ ਰੱਖਣ ਲਈ ਸਮਾਨ ਵਗੈਰਾ ਰੱਖਣ ਦੇ ਲਈ ਸਪੇਸ ਹੋਏਗੀ। ਦੋਨੋ ਸਾਈਡ ਤੇ ਇਹ ਦਰਾਜ਼ ਹੋਣਗੇ, ਫੁੱਲ ਬੋਰਡ ਦੇ ਵਿੱਚ ਹੀ ਬਣਿਆ ਹੋਏਗਾ ਇਹ ਵੀ ਬੈੱਡ। ਸਾਰਾ ਹੀ ਬੋਰਡ ਹੋਏਗਾ ਸਾਈਡਾਂ ਤੇ ਵੀ ਔਰ ਵਿੱਚ ਵੀ, ਜੋ ਉੱਪਰ ਵੀ ਕਿਤੇ ਵੀ ਪਲਾਈ ਨਹੀਂ ਯੂਜ ਹੋਈ ਹੋਏਗੀ, ਫੁੱਲ ਬੋਰਡ ਦੇ ਵਿੱਚ ਹੋਏਗਾ। ਸਟਾਰਟਿੰਗ ਰੇਂਜ ਇਹ ਹੈ ਜੀ 12,500 ਇਸਦਾ ਪ੍ਰਾਈਜ਼ ਹੈ, ਫੁੱਲ ਬੋਰਡ ਦੇ ਵਿੱਚ ਬੈੱਡ ਹੋਏਗਾ। ਸਪੇਸ ਵੀ ਕਾਫੀ ਅੱਛੀ ਮਿਲ ਜਾਂਦੀ ਹੈ ਇਹਦੇ ਵਿੱਚ। ਔਰ ਇਸਦੇ ਹੋਰ ਵੀ ਜੋ ਡਿਜ਼ਾਈਨ ਨੇ ਉਹ ਮੈਂ ਕਲਿੱਪ ਦੇ ਵਿੱਚ ਲਗਾ ਦੇਵਾਂਗੀ, ਤੁਸੀਂ ਹੋਰ ਵੀ ਡਿਜ਼ਾਈਨ ਇਸਦੇ ਦੇਖ ਸਕਦੇ ਹੋ। 12,500 ਦੀ ਰੇਂਜ ਤੋਂ ਬਾਅਦ ਜੀ ਆਪਣੇ ਕੋਲ ਬੈੱਡ ਆ ਜਾਂਦਾ 17,000 ਦਾ। 17,000 ਦੀ ਰੇਂਜ ਦੇ ਵਿੱਚ ਵੀ ਕਾਫੀ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ। ਠੀਕ ਹੈ, 6 ਫੁੱਟ ਇਹਨਾਂ ਦੀ ਢੋਦੀ ਹੁੰਦੀ ਹੈ, ਜੋ ਚੌੜਾਈ ਹੁੰਦੀ ਹੈ, ਮਤਲਬ 6x6.5 ਦਾ ਬੈੱਡ ਹੁੰਦਾ ਹੈ, 6x6 ਦੀ ਇਸਦੀ ਪੇਟੀ ਹੋਏਗੀ। ਔਰ ਇਸਦੀ ਪੇਟੀ ਦੀ ਜੋ ਉਚਾਈ ਹੋਏਗੀ, ਠੀਕ ਹੈ, ਜੋ ਫੈਂਸੀ ਬੈੱਡ ਆਪਣੇ ਮਹਿੰਗੇ ਵਾਲੇ ਹੁੰਦੇ ਆ ਉਹਨਾਂ ਦੀ ਉਚਾਈ ਜਿੰਨੀ ਹੋਏਗੀ 12 ਇੰਚੀ ਹੋਏਗੀ। ਇਹ ਵੀ ਫੁੱਲ ਬੋਰਡ ਦੇ ਵਿੱਚ ਤਿਆਰ ਹੋਇਆ ਹੋਏਗਾ, ਠੀਕ ਹੈ, ਪੇਟੀ ਬੈੱਡ ਹੋਏਗਾ ਸਾਰਾ। ਇਸ ਦੇ ਵਿੱਚ ਕਾਫੀ ਸਾਰੇ ਫੈਂਸੀ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ, ਮਤਲਬ ਜੋ ਵੀ ਤੁਸੀਂ ਕੋਈ ਵੱਡਾ ਬੈੱਡ ਵੀ ਦੇਖਦੇ ਹੋ 9 ਫੁੱਟ ਵਾਲਾ, ਉਸਦਾ ਡਿਜ਼ਾਈਨ ਵੀ ਛੋਟੇ ਬੈੱਡ ਤੇ ਬਣਵਾ ਸਕਦੇ ਹੋ। ਔਰ ਇਹ ਬੈੱਡ ਪੇਂਟ ਦੇ ਵਿੱਚ ਰੈਡੀ ਹੋਇਆ ਹੋਇਆ ਜੀ, 17,000 ਦਾ ਡਿਕੋ ਪੇਂਟ ਹੋਇਆ ਹੋਇਆ, ਇਸ ਨੂੰ 17,000 ਦਾ ਪਏਗਾ ਇਹ ਬੈੱਡ। ਉਸ ਤੋਂ ਬਾਅਦ ਜੀ ਆਪਣੇ ਕੋਲ ਬੈੱਡ ਆ ਜਾਂਦਾ 18,500 ਦੀ ਰੇਂਜ ਦੇ ਵਿੱਚ, 18,500 ਦੀ ਰੇਂਜ ਦੇ ਵਿੱਚ, ਠੀਕ ਹੈ ਜੀ। ਇਸ ਦੇ ਵਿੱਚ ਕੱਪੜਾ ਵਗੈਰਾ ਤੁਸੀਂ ਜੋ ਵੀ ਗੱਦੀ ਤੇ ਲੱਗਿਆ ਹੋਇਆ ਜਾਂ 17,000 ਵਾਲੀ ਤੇ ਵੀ ਤੁਸੀਂ ਆਪਣੀ ਚੋਇਸ ਦਾ ਕੋਈ ਵੀ ਲਗਵਾ ਸਕਦੇ ਹੋ। ਔਰ ਇਸ ਦਾ ਪ੍ਰਾਈਸ 18,500 ਇਸ ਕਰਕੇ ਕਿਉਂਕਿ ਇਹ ਬੈੱਡ ਫੁੱਲ ਕੋਲਟ ਹੈ, ਮਤਲਬ ਇਸਦੇ ਚਾਰੋ ਸਾਈਡ ਗੱਦੀ ਲੱਗੀ ਹੋਈ ਹੈ, ਜੋ ਇਸਦੀ ਢੋ ਤੇ ਲੱਗੀ ਹੋਈ ਹੈ ਪੇਟੀਆਂ ਨੂੰ। ਸਾਰੀ ਤਰਫ ਤਿੰਨੇ ਤਰਫ ਇਹਦੇ ਗੱਦੀ ਆ ਗਈ ਜੀ। ਔਰ ਇਸ ਦੇ ਵਿੱਚ ਵੀ ਤੁਹਾਨੂੰ ਕਾਫੀ ਡਿਜ਼ਾਈਨ ਮਿਲ ਜਾਣਗੇ। ਅਗਰ ਤੁਸੀਂ ਮਤਲਬ ਪੇਟੀਆਂ ਦੇ ਦੋ ਸਾਈਡ ਗੱਦੀ ਨਹੀਂ ਲਗਵਾ ਰਹੇ ਹੈਗੇ, ਇਹੀ ਡਿਜ਼ਾਈਨ ਤੁਹਾਨੂੰ 17,000 ਦੀ ਰੇਂਜ ਚ ਵੀ ਮਿਲ ਜਾਏਗਾ। 18,500 ਇਸ ਕਰਕੇ ਰੇਟ ਹੈ ਇਹਦਾ ਕਿਉਂਕਿ ਇਸ ਦੇ ਵਿੱਚ ਗੱਦੀ ਆ ਗਈ ਹੈ। ਔਰ ਇਹ ਵੀ ਬੈੱਡ ਫੁੱਲ ਬੋਰਡ ਦੇ ਵਿੱਚ ਹੋਏਗਾ ਜੀ। ਜੋ ਆਪਣੇ ਕੋਲ ਸਟਾਰਟਿੰਗ ਰੇਂਜ ਸੀਗੀ 12,500 ਦੀ, ਉਹ ਸਮੇਕੇ ਦੇ ਵਿੱਚ ਰੈਡੀ ਹੋਇਆ ਹੋਇਆ ਸੀਗਾ ਜੀ ਬੈੱਡ, ਔਰ 17,000 ਵਾਲਾ ਪੇਂਟ ਦੇ ਵਿੱਚ ਸੀਗਾ, ਫੁੱਲ ਬੋਰਡ ਹੋਏਗਾ ਜੀ। ਇਹ ਦੇਖ ਸਕਦੇ ਹੋ ਤੁਸੀਂ, ਨੀਚੇ ਵੀ ਕੋਈ ਪਲਾਈ ਨਹੀਂ ਯੂਜ਼ ਹੋਈ ਹੋਏਗੀ, ਸਾਈਡਾਂ ਤੇ ਵੀ ਨਹੀਂ ਕੋਈ ਪਲਾਈ ਹੋਏਗੀ, ਸਾਰਾ ਫੁੱਲ ਬੋਰਡ ਦਾ ਬੈੱਡ ਹੋਏਗਾ। 18,500 ਦੀ ਰੇਂਜ ਦੇ ਵਿੱਚ ਇੱਕ ਇਹ ਡਿਜ਼ਾਈਨ ਇਸ ਟਾਈਮ ਅਵੇਲੇਬਲ ਹੈ ਜੀ, ਬਾਕੀ ਹੋਰ ਵੀ ਡਿਜ਼ਾਈਨ ਸਾਰੇ ਤੁਹਾਨੂੰ ਮਿਲ ਜਾਣਗੇ। ਇਹ ਵੀ ਸੇਮ ਇਹਦੇ ਤੇ ਜੋ ਪੇਟੀ ਹੈ ਉਸਨੂੰ ਗੱਦੀ ਲੱਗੀ ਹੋਈ ਹੈ, ਗੱਦੀ ਨਾਲ ਸਾਰੀ ਕੁਲਟ ਹੋਈ ਹੋਈ ਹੈ ਪੇਟੀ ਹੈ, ਜੋ ਇਹ ਵਾਲਾ ਡਿਜ਼ਾਈਨ ਆ ਗਿਆ ਜੀ ਇਸ ਦੇ ਵਿੱਚ।
काफी फैंसी फैंसी डिजाइन होंगे जो इस तो ज्यादा कॉस्टली बैड ने उन्होंने भी होंगे जो तुम छोटे बैड से पवा सकते हो। मतलब अपने को अगर स्पेस ही इनी होंगी कि 6 फुट बैड ही लगेगा उत्थे ता उस दे विच आ जांदे ने। हां जी, इस वीडियो दे विच हुण आपां देख चुके हैं जो साडे कोल बैडां दी स्टार्टिंग रेंज है जी 12,500 तों, ठीक है। इस दे विच होर भी बहुत सारे डिजाइन अवेलेबल हुंदे आ जिन्हां दे विच लाइटिंग ही आउंदी आ, सारयां दे विच ही आउंदी आ लाइटिंग, और अलग अलग डिजाइन हुंदे आ, स्पेस वगैरा यही रहिंदी आ जी सारयां दे विच, ठीक है। और उस तों बाद 17,000 दी रेंज वाले बैड है जो उन्हां दे विच भी बहुत सारे डिजाइन अवेलेबल हुंदे आ साडे कोल, और 18,500 दी रेंज दे विच उही 17,000 वाले बैड नूं फुल कोटिंग हो जांदा है, तां उसकी रेंज 18,500 हो जाती है जी। और बाकी इस तो बाद आ जाते हैं फैंसी बैड जो कि आप अपने नैक्सट वीडियो दिखावे। और अगर थोड़े कोई भी क्वेश्चन है किसी भी चीज़ नू रिलेटड लैके, किसी भी फर्नीचर की चीज़ नू लैके, मतलब कोई सोफा सैट बारे थोड़ा कोई क्वेश्चन है, या फिर तुम कुछ बैडा की डिटेल बारे कुछ होर पूछना चाहते हो तो तुम कमेंट सैक्शन के पूछ सकते हो जी, तो फिर आप उस क्वेश्चन के उपर पूरी वीडियो थानू पावांगे जी। तुहाडे जो भी क्वेश्चन ने, क्योंकि कस्टमर दे बहुत सारे क्वेश्चन हुंदे ने जी जदों आपां कोई भी चीज लैण लगदे आ, तां साडी कोशिश इही रहिंदी है कि तुहाडे सारे क्वेश्चन दा आंसर असीं वीडियो दे थ्रू तुहानू सारयां नू दे दईए। और प्लीज चैनल नू सबसक्राइब करना ना भुल्लो जी। कमेंट सैक्शन दे विच जरूर दस्सो तुसीं नैक्सट वीडियो किस फर्नीचर दी किस आइटम दे नाल रिलेटड देखना चाहोगे। थैंक यू।